कमरे जा मिनट मारा था बेटे को घर लगन से दिक्कत नहीं आई ना जी। अच्छा नहीं जी कोई दिक्कत नहीं आई। प्रीत बेटे चाह लेके आओ। रख दे बेटे। सत श्री अकाल। बह जा पुत्र बैठो। हाँ जी बेटी है मेरी। हाँ जी देखो तुम कोई गलबात कोई है दसो तो। तो किन्ने पढ़ी लिखी है जी? हाँ जी पढ़ी लिखी है जी 12 जमा का प्लस 2 है। अच्छा हाँ जी। ते बेटा की करता है जी? मैं गवर्नमेंट जॉब ते जी पटियाले स्टैनो दी पोस्ट है। अच्छा 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 ठीक है जी। कोई मेरे को गली लड़की दे दान है मैं दाज दहेज नहीं दे सकता। दहेज ते असी भी नहीं खुश हैगे जी। स्टाफ नहीं हैगे कुछ भी दहेज लैणा सानू तां कुड़ी सियाणी चाहीदी आ। क्यों बेटे आ देखो इधर लड़के ने कोई गलबात करनी है तो तुम पुछ दस। ठीक है पापा जी जिवें सानू मंजूर आ मंजूर। हां क्यों बेटे तू देख पुत्त। बस ठीक है बेबे जिवें तैनू मंजूर आवी मैं तो मंजूर है तू भी देख ला। बस तेरे दोस्तों ने हो के मैं की देखना। मन तो बढ़िया पसंद है कुड़ी। बस ठीक है बढ़िया गल है दा दे दे विरुद्ध ने दा बस। हां ठीक है जी ठीक है। ये होना भी चाहिदा आजकल दे समय दे विच कुड़ी सियाणी आ दे घर च हैं घर सामने वाली जे होर की चाहिदा दे तो की करना। ठीक है पुत्र फिर संत प्रीता। हां जी रोटी पाती सी? हां जी रोटी तो पाई पई है। खा जंदी रोटी ओ फिर मैं लेट हो जाऊंगा यार। तू ऐ कर पा दे रोटी। ठीक है हां ठीक है मैं चल चाह पी के जा भी जाऊंगी। तू चाह भी थर्मोस ही पा दे मैं लेट हो जाऊंगा। ओ पीयो ना जी मैं कदो कर दे मैनू ना टाइम हो रहा है बाबा मेरे ऑफिस लेट हो जाऊंगा मैनू पा दे। रोज ही लेट हो जाए। प्रीत हूं यार कोई गल नहीं हाँ रख दे पुत्त। उड़े तुसी मैनू आ दस्या नहीं पुत्त भी कोठी रह ली। नहीं बेबे जी सानू दस्या सी हफ्ता पहला मेरा मम्मी ने फोन कीता सी सानू। मैनू तां याद नहीं करया सी फोन। मैनू फोन कीता सी मैं कहया सी मैं बेबे दा नाराज हो गया जी ना दस्या। लै होर की है पर भाई निकल गई होनी मेरे दिमाग चो गल दस्या होऊगा लाज ते कुड़े पुत्त तू किवें है 8-9 महीने हो गए सुख ने तेन आई नू। मैं भी आ चाहनी हाँ भी देड़ी बदे मेरी है कोई खुशी वाली गल नहीं कोई बात नहीं ये की गल। कोई नहीं चाह तो मैं पी लू तू मैं गल हुई है गल्ला नहीं लुकूंदी है तो गल होर ही लगती है।
ਕਿੰਨੇ ਕੁ ਦੀ ਪੈ ਗਈ ਪੁੱਤ ਫਿਰ ਇਹ ਕੋਠੀ ਬੇਬੇ ਇਹ ਤਾਂ ਉਹਨਾਂ ਨੂੰ ਪਤਾ ਵਾ ਤੇ ਕੁਛ ਬਤਾਉਂਦੇ ਨਹੀਂ ਸੁਣ ਕਦੋਂ ਪਾਊਗਾ ਸੰਗਤ ਆਏ ਬਸ ਆਉਂਦੇ ਹੋਣਗੇ ਮੈਂ ਫੋਨ ਕੀਤਾ ਬੇਬੇ ਲੈ ਆ ਗਿਆ ਕੁੜੀ ਮੇਰੇ ਪੁੱਤ ਕਰੀ ਪੈਂਦਾ ਤੂੰ ਫੋਨ ਕਰ ਲੈਂਦੀ ਮੈਂ ਤੈਨੂੰ ਚੜਾਉਣ ਆ ਜਾਂਦਾ ਕੋਈ ਗੱਲ ਨਹੀਂ ਠੀਕ ਹੈ ਚਲੋ ਕਿ ਮੇਰਾ ਰਸਤਾ ਵਧੀਆ ਰਿਹਾ ਔਖੀ ਤਾਂ ਨਹੀਂ ਹੋਈ ਔਖੀ ਤਾਂ ਜਮਾ ਨਹੀਂ ਹੋਈ ਤੁਹਾਨੂੰ ਦੇਖ ਕੇ ਮੈਂ ਥੱਕ ਵੀ ਗਈ ਸੀ ਮੇਰੀ ਥਕਾਵਟ ਲੈ ਗਈ ਕੋਠੀ ਲੈ ਲਈ ਮੈਂ ਬੜਾ ਵਧੀਆ ਹੋ ਗਿਆ ਤਾਂ ਵਧਾਈਆਂ ਤੇ ਹਾਂ ਤਾਂ ਉਹ ਅੱਧੇ ਪੈਸੇ ਦਿੱਤੇ ਆ ਤੇ ਅੱਧੇ ਕਹਿੰਦੇ ਵੀ ਡੇਢ ਮਹੀਨਾ ਦੋ ਮਹੀਨੇ ਠਹਿਰ ਕੇ ਦੇ ਦੇ ਅੱਛਾ ਚਲ ਵਧੀਆ ਹੋਰ ਪਿੰਡ ਸਾਰੇ ਠੀਕ ਨੇ ਹਾਂ ਵਧੀਆ ਪੁੱਤ ਹੋਰ ਤੁਸੀਂ ਦੱਸੋ ਤੇ ਤੇਰਾ ਕੰਮ ਕਾਰ ਵਧੀਆ ਹਾਂ ਵਧੀਆ ਚੱਲੀ ਜਾਂਦਾ ਉੱਥੇ ਤੈਨੂੰ ਪਤਾ ਹੈ ਉੱਥੇ ਸਰਕਾਰੀ ਜੋਬ ਦਾ ਨਜ਼ਾਰੀ ਹੁੰਦੇ ਨੇ ਹਾਂ ਚਲ ਵਧੀਆ ਮੈਂ ਤਾਂ ਆਇਆ ਸੀ ਵੀ ਕੋਈ ਮੇਰੀ ਨੂੰਹ ਨੇ ਖੁਸ਼ਖਬਰੀ ਮਿਲੂ ਪਰ ਤੁਸੀਂ ਤਾਂ ਆਏ ਮੂੰਹ ਲੁਕਾਈ ਬੈਠੇ ਹੋ ਕੀ ਗੱਲ ਹੋ ਗਈ ਮੈਨੂੰ ਤਾਂ ਦੱਸ ਦਿਓ ਕੁਛ ਹੋਇਆ ਤਾਂ ਬੇਬੇ ਕੁਛ ਨਹੀਂ ਉਹ ਡਾਕਟਰ ਨੇ ਕਹਿੰਦੀ 4 ਮਹੀਨੇ ਦਵਾਈ ਖਾਣੀ ਪਊਗੀ ਤੇ ਤਾਂ ਕਰਕੇ ਫਿਰ ਉਹ ਕਹਿੰਦੇ ਵੀ ਬੇਬੀ ਕਹਿੰਦੇ 4 ਮਹੀਨੇ ਬਾਅਦ ਦਵਾਈ ਖਾਣ ਤੋਂ ਬਾਅਦ ਹੀ ਪਤਾ ਲੱਗੂ ਕਹਿੰਦੇ ਫਿਰ ਦੱਸਾਂਗੇ ਅੱਛਾ ਦਵਾਈ ਸ਼ੁਰੂ ਕਰ ਲਈ ਹਾਂ ਬੇਬੇ ਦਵਾਈ ਤਾਂ ਲੈ ਲਈ 1.25 ਮਹੀਨਾ ਹੋ ਗਿਆ ਦਵਾਈ ਚੱਲੀ ਜਾਂਦੀ ਨੂੰ ਬਾਕੀਆਂ ਨੇ ਕਹਿੰਦੇ ਕੋਈ ਗੱਲ ਨਹੀਂ ਵੀ ਪਰੇਸ਼ਾਨ ਹੋਣ ਦੀ ਲੋੜ ਨਹੀਂ ਡਾਕਟਰ ਨੇ ਕਹਿੰਦੀ ਕਹਿੰਦੇ ਹੋ ਜੂਗਾ ਕਹਿੰਦੇ ਬੇਬੀ ਚੱਲੇ ਕਹਿ ਵੀ ਨਹੀਂ ਖਾਣੀ ਹੈ ਦਵਾਈ 4 ਮਹੀਨੇ ਤੈਨੂੰ ਦੱਸ ਕੇ ਤਾਂ ਹਟਿਆ ਚਲ ਠੀਕ ਹੈ ਤੇ ਉਦੋਂ ਬਾਅਦ ਵੀ ਭਾਈ ਮੈਂ ਤਾਂ ਐਂ ਕਹਿੰਦੀ ਵੀ ਮੇਰੇ ਪੋਤਾ ਆਵੇ ਹੋ ਤੂੰ ਟੈਨਸ਼ਨ ਕਿਉਂ ਕਰਦੀ ਹੈ ਬੇਬੇ ਜਦੋਂ ਪੋਤਾ ਜਾਂ ਪੋਤੀ ਹੋ ਤੈਨੂੰ ਦੱਸਾਂਗੇ ਜੀ ਤੂੰ ਐਂ ਫਿਕਰ ਨਾ ਕਰੇਗਾ ਕਿਸੇ ਕਰ ਉਹ ਤਾਂ ਠੀਕ ਹੈ ਪੁੱਤ ਮੇਰੀ ਉਮਰ ਵੀ ਕਿੱਡੀ ਹੋ ਗਈ ਜਿਵੇਂ ਹੋਰਾਂ ਦੀਆਂ ਬੁੜੀਆਂ ਲਈ ਫਿਰਦੀਆਂ ਨੇ ਪੋਤੇ ਪੋਤੇ ਤੇ ਕੀ ਮੇਰਾ ਵੀ ਤਾਂ ਜੀ ਕਰਦਾ ਹੈ ਕੋਈ ਨਹੀਂ ਹੁਣ ਤੂੰ ਰੋਣ ਨਾ ਬੈ ਜੀ ਤੈਨੂੰ ਫੋਨ ਕਰਾਂਗੇ ਤੈਨੂੰ ਸਾਰਾ ਕੁਝ ਆਪਾਂ ਲੋਹੜੀ ਮਨਾਵਾਂਗੇ ਪੂਰੇ ਐਨ ਟੈਂਟ ਟੁੰਟ ਲਾ ਕੇ ਵਧੀਆ ਪ੍ਰੋਗਰਾਮ ਕਰਾਂਗੇ ਤੂੰ ਫਿਕਰ ਨਾ ਕਰੇਗਾ ਕਿਸੇ ਕਰ ਹੋਰ ਕੀ ਹੈ ਮੇਰਾ ਚਾਹ ਤਾਂ ਪੂਰਾ ਕਰ ਦਿਓ ਕੋਈ ਨਹੀਂ ਕਰਦਾ ਤੇ ਮੈਂ ਐਂ ਕਹਿੰਦਾ ਵੀ ਮੈਨੂੰ ਮੈਂ ਨਾ ਦਫ਼ਤਰ ਛੁੱਟੀ ਲੈ ਕੇ ਆਇਆ ਸੀਗਾ ਤੇ ਮੈਂ ਜਾਂਦਾਗਾ ਹੁਣ ਮੈਂ ਫਿਰ ਉਦੋਂ ਤੈਨੂੰ ਪਤਾ ਫਿਰ ਸਰਕਾਰੀ ਕੰਮ ਕਿਹਾ ਜਾਂਦਾ ਜੇ ਤੂੰ ਬੱਸ ਸਟੈਂਡ ਜਾਣਾ ਤਾਂ ਮੈਂ ਤੈਨੂੰ ਛੱਡ ਜੂੰਗਾ ਜਾ ਨਹੀਂ ਪੁੱਤ ਮੈਂ ਤਾਂ ਕੀ ਕਰਨਾ ਪਰ ਮੈਂ ਅੱਜ ਜਾਣਾ ਵੀ ਸੀਗਾ ਮੈਨੂੰ ਤਾਂ ਐਂ ਵੀ ਤੂੰ ਆਪਾਂ ਅੱਜ ਗੱਲਾਂ ਬਾਤਾਂ ਹੋਰ ਕਰਾਂਗੇ ਤੇ ਤੂੰ ਹੁਣ ਜਾਣਾ ਸਰਕਾਰੀ ਛੁੱਟੀ ਤੈਨੂੰ ਪਤਾ ਹੈਗਾ ਬੇਬੇ ਮਾੜਾ ਕਿ ਮੈਂ ਕਹਿ ਕੇ ਆਇਆ ਸੀ ਮਹਾਂ ਮੈਂ ਵੀ ਜਾ ਕੇ ਆਉਣਾ ਮਾੜਾ ਜਿਹਾ ਘਰੇ ਚੱਲ ਕੋਈ ਨਹੀਂ ਫਿਰ ਤੈਨੂੰ ਮੈਂ ਸ਼ਾਮ ਨੂੰ ਛੱਡ ਜੂੰਗਾ ਚੱਲ ਦੇਖ ਮੈਂ ਹੁਣ ਫਿਰ ਜਾਂਦਾ ਚੱਲ ਚੰਗਾ ਬੇਬੇ ਫਿਰ ਠੀਕ ਹੈ डॉक्टर ने कहा इलाज नहीं होना और मैं डरदी हां पुत्र हां ना कोई ठीक है भाई यार मैं तेन कई दिन तो देखी है यार तू सैड जे क्यों होया पिया ਬਈ ਮੈਂ ਤੇ ਤੇਰੀ ਭਰਜਾਈ ਨਾ ਡਾਕਟਰਨੀ ਕੋਲੇ ਗਏ ਸੀ ਅੱਛਾ ਕੋਰਸ ਦਿੱਤਾ ਸੀ ਉਹਨੇ 4 ਮਹੀਨੇ ਦੀ ਦਵਾਈ ਖਾ ਲਈ ਕਹਿੰਦੀ ਅੱਛਾ ਤੇ ਹੁਣ ਹੋਈ ਤਾਂ ਖਰ ਮਹੀਨੇ ਡੇਢ ਮਹੀਨੇ ਦੀ ਦਵਾਈ ਹੈਗੀ ਅੱਛਾ ਤੇ ਦਵਾਈ ਲੈ ਗਿਆ ਸੀ ਉਹ ਕਹਿੰਦੇ ਤੇਰੀ ਮਿਸੀ ਕਹਿੰਦੀ ਮਾਂ ਨਹੀਂ ਬਣ ਸਕਦੀ ਯਾਰ ਅੱਛਾ ਯਾਰ ਮੈਂ ਹੈ ਤਾਂ ਦੁੱਖ ਦੀ ਗੱਲ ਹੈ ਯਾਰ ਪਰ ਚੱਲ ਤੂੰ ਕੋਈ ਨਾ ਟੈਨਸ਼ਨ ਨਾ ਲੈ ਇਹਦਾ ਵੀ ਹੱਲ ਹੈਗਾ ਆਪਣੇ ਕੋਲ ਹੱਲ ਹਾਂ ਕੀ ਹੈ ਬਾਬਾ ਮੇਰੀ ਗੱਲ ਸੁਣ ਇੱਕ ਮੇਰਾ ਦੋਸਤ ਸੀਗਾ ਉਹਨਾਂ 'ਤੇ ਵੀ ਆਈ ਮੁਸੀਬਤ ਆਈ ਸੀ ਅਤੇ ਉਹ ਮੈਨੂੰ ਨਾਲ ਲੈ ਕੇ ਗਿਆ ਸੀ ਨਾ ਤਾਂ ਕਰਕੇ ਮੈਨੂੰ ਇਹ ਗੱਲ ਸਾਰੀ ਦਾ ਪਤਾ ਠੀਕ ਹੈ ਉਹ ਕੁੜੀ ਦੀ ਮੰਮੀ ਹੈਗੀ ਆ ਬਿਮਾਰ ਅਤੇ ਉਹਨਾਂ ਨੂੰ ਹੈਗੀ ਆ ਪੈਸਿਆਂ ਦੀ ਲੋੜ ਠੀਕ ਹੈ ਅਤੇ ਤੂੰ ਉੱਥੇ ਚੱਲਦੇ ਆਪਾਂ ਪਟਿਆਲੇ ਜੀ ਟੀ ਰੋਡ 'ਤੇ ਉੱਥੇ ਉਹ ਕੁੜੀ ਦਾ ਘਰ ਆ ਅਤੇ ਉਦੋਂ ਆਪਾਂ ਬੇਬੀ ਲੈ ਲਾਂਗੇ ਅਤੇ ਪੈਸੇ ਦੇ ਦਾਂਗੇ ਮੰਨ ਜੂਗੀ ਇਹਦੀ ਮਾਂ ਅਤੇ ਬਾਪ ਭਈ ਉਹਨਾਂ ਨੂੰ ਪੈਸਿਆਂ ਦੀ ਲੋੜ ਆ ਨਾ ਤਾਂ ਤੇਰਾ ਭਲਾ ਹੋਜੂ ਨਾ ਉਹਨਾਂ ਦਾ ਭਲਾ ਹੋਜੂ ਬਈ ਬਣ ਕੇ ਜੇ ਕਿਤੇ ਆਹ ਕੰਮ ਕਰਾ ਦੇਣਾ ਯਾਰ
ਧਰਮ ਨਾਲੀ ਤੇਰੀ ਭਰਜਾਈ ਤਾਂ ਨਾ ਯਾਰ ਰੋ ਰੋ ਕੇ ਬੁਰਾ ਹਾਲ ਹੋ ਰਿਹਾ ਉਹਦਾ। ਉਹੀ ਤਾਂ ਤੈਨੂੰ ਕਹਿੰਦਾ ਬਾਈ ਵੀ ਆਪਾਂ ਉੱਥੇ ਜਾ ਕੇ ਪਤਾ ਕਰ ਆਉਂਦੇ ਹਾਂ, ਹੋ ਸਕਦਾ ਮੈਨੂੰ ਲੱਗਦਾ ਵੀ 100% ਸਹੀ ਹੋ ਜੂ ਆਪਣਾ ਕੰਮ। ਚੱਲ ਫਿਰ ਮੈਂ ਤੇਰੀ ਭਰਜਾਈ ਨਾਲ ਗੱਲ ਕਰਕੇ ਦੱਸਦਾ ਤੈਨੂੰ, ਤੂਰੀ ਬਹਿ ਚੰਗਾ ਮੈਂ ਹੁਣੇ ਆ ਗਿਆ। ਕਿੱਦਾਂ ਦਾ ਰੂਮ ਆ, ਸਫਾਈ ਨੀ ਹੈਗੀ ਇੱਥੇ ਬਿਲਕੁਲ ਵੀ। ਬਸਲ ਦੇ ਵਿੱਚ ਨਾ ਤੁਰਤ ਪਰ ਪਲਾਨ ਬਣ ਗਿਆ ਤੇ ਮੈਂ ਕੋਈ ਗੱਲ ਨੀ ਅੱਜ ਸ਼ਾਮ ਨੂੰ ਕਰਵਾ ਦੂੰਗਾ। ਜੂਸ ਲੈ ਕੇ ਪ੍ਰੀਤਾ, ਕੋਈ ਗੱਲ ਨੀ ਮੈਂ ਅੱਜ ਸ਼ਾਮ ਨੂੰ ਕਰਵਾ ਦੂੰਗਾ ਨਾ, ਤੇ ਕੋਈ ਵੀ ਦਿੱਕਤ ਹੋਈ ਤੇ ਮੈਨੂੰ ਜਾਂ ਮੇਰੀ ਮਿਸਿਜ ਨੂੰ ਦੱਸ ਦਿਓ, ਠੀਕ ਹੈ ਜੀ। ਅੱਜ ਸ਼ਾਮ ਨੂੰ ਕਰਵਾ ਦੂੰਗਾ ਮੈਂ ਕਲੀਨ। ਤੇ ਮੇਰਾ ਵਾਸ਼ਰੂਮ? ਉਹ ਸਾਹਮਣੇ ਜੀ ਵਾਸ਼ਰੂਮ, ਉੱਧਰ ਪੜਨੇ ਦੇ ਵਿੱਚ। ਠੀਕ ਹੈ ਓਕੇ। ਕੋਈ ਦਿੱਕਤ ਨੀ, ਬਸ ਥੋੜਾ ਕੰਮ ਪੈ ਗਿਆ ਸੀਗਾ। ਕੋਈ ਨੀ ਦੱਸਾਂਗੇ ਤੈਨੂੰ ਕੀ ਗੱਲ ਹੋ ਗਈ। ਹੁਣ ਤਾਂ ਠੀਕ ਆ? ਹਾਂ ਹਾਂ ਸਭ ਠੀਕ ਬਸ। ਤੇ ਆਪਣੇ ਘਰੇ ਉਧਰ ਉਧਰ ਬਾਈ ਠੀਕ ਆ ਸਾਰੇ? ਮੰਮੀ ਕਿਵੇਂ ਬਿਮਾਰ ਸੀ? ਠੀਕ ਨੇ? ਹਾਂ ਹਾਂ ਠੀਕ ਆ, ਮੈਂ ਦਿਖਾਇਆ ਜੀ ਡਾਕਟਰ ਨੂੰ। ਵਧੀਆ। ਕਿਵੇਂ ਜੀ ਕੀ ਹੋ ਗਿਆ? ਮੈਨੂੰ ਪੈਸੇ ਚਾਹੀਦੇ, ਮੈਂ ਆਪਣੀ ਮੰਮੀ ਨੂੰ ਭੇਜਣੇ ਆ ਘਰ। ਹਾਂ ਮੈਂ ਕਰ ਦੇਸੀ ਆ ਜਾਓ ਬਾਬੀ। ਇਹ ਤੈਨੂੰ ਪਤਾ ਨਹੀਂ ਬਾਹਰ ਬੈਠਾ ਤੂੰ ਬਾਹਰ ਕੀ ਲੈਣਾ ਜੀ, ਨਾਲੇ ਉੱਥੇ ਆ ਕੇ ਪੈਸੇ ਮੰਗ ਲਏ ਤੂੰ। ਜਦੋਂ ਮੈਂ ਅੰਦਰ ਆਊਂ ਉਦੋਂ ਕਹਿ ਦੀ ਪੈਸੇ ਚਾਹੀਦੇ ਮੈਨੂੰ। ਚੱਲ ਚੰਗਾ, ਤੂੰ ਨੇ ਮੈਨੂੰ ਪੈਸੇ ਦੇ ਦੀ, ਮੈਂ ਭੇਜਣੇ ਆ ਮੰਮੀ ਨੂੰ। ਆ ਜਾ। ਇਹ ਕੌਣ ਸੀ ਬਾਈ? ਇਹ ਰਿਸ਼ਤੇਦਾਰ ਚੋਂ ਸਾਡੇ ਘਰ। ਅੱਛਾ ਜੀ। ਉੱਧਰ ਬੁਲਾਈ ਜਾਂਦੇ ਸੀ ਕਹਿੰਦੇ ਜੈ ਬੜਾ। ਚੱਲ ਠੀਕ ਆ ਸਰ ਬਾਈ, ਫਿਰ ਮੈਂ ਵੀ ਚੱਲਦਾ, ਮੈਂ ਨਾ ਔਫਿਸ 'ਚ ਕੰਮ ਆ। ਹਾਂ ਫਿਰ ਬਾਈ। ਅਤੇ ਨਾ ਸਰ ਮੈਨੂੰ ਕਾਲ ਆਈ ਜਾਂਦੀ ਸੀਗੀ। ਹਾਂਜੀ ਠੀਕ ਆ, ਮੈਂ ਜਾਣਾ। ਮੈਂ ਆਉਣਾ ਫਿਰ ਇੱਕ ਅੱਧੇ ਦਿਨ ਤੱਕ ਮਾਰ ਲਾ ਕੇ, ਦੋ ਕੁ ਦਿਨ ਦੀ ਲੀਵ ਆ ਮੇਰੀ। ਆਪਣਾ ਨਾ ਕੰਮ ਜਿਹਾ ਥੋੜ੍ਹਾ ਜਿਹਾ ਕਰਨ ਵਾਲਾ। ਠੀਕ ਆ ਬਾਈ। ਆ ਲਓ ਦੀਦੀ ਪੈਸੇ। ਨਾਲੇ ਦੀਦੀ ਮਾੜਾ ਧਿਆਨ ਰੱਖਿਆ ਕਰੋ, ਜਦੋਂ ਕੋਈ ਬੈਠਾ ਹੁੰਦਾ ਨਾ ਉਦੋਂ ਬਾਹਰ ਨਾ ਆਇਆ ਕਰੋ। ਕਿਉਂ ਬਾਹਰ ਕਿਉਂ ਨਾ ਆਇਆ ਕਰਾਂ, ਹੁਣ ਮੈਂ ਸਾਰਾ ਦਿਨ ਅੰਦਰ ਹੀ ਬੈਠੀ ਰਿਹਾ ਕਰਾਂ, ਮੇਰਾ ਵੀ ਜੀ ਕਰਦਾ ਬਾਹਰ ਆਉਣ ਨੂੰ। ਨਹੀਂ ਦੀਦੀ ਤੁਹਾਨੂੰ ਤਾਂ ਪਤਾ ਹੀ ਆ ਨਾ ਤੁਸੀਂ ਕਿਵੇਂ ਰਹਿੰਦੇ ਹੋ, ਮਾੜਾ ਜਿਹਾ ਧਿਆਨ ਰੱਖਿਆ ਕਰੋ। ਜਦੋਂ ਕੋਈ ਨਹੀਂ ਹੁੰਦਾ ਉਦੋਂ ਆ ਜਾਇਆ ਕਰੋ, ਤੁਹਾਨੂੰ ਐਂ ਤਾਂ ਨਹੀਂ ਕਹਿੰਦੇ ਵੀ ਤੁਸੀਂ ਨਾ ਆਇਓ, ਵੀ ਆ ਜਾਇਆ ਕਰੋ। ਬਾਅਦ 'ਚ ਮਾਰਦਾ ਕਰੋ ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਆ, ਬਸ ਧਿਆਨ ਰੱਖਿਆ ਕਰੋ ਥੋੜ੍ਹਾ ਜਿਹਾ। ਚਲੋ ਹੁਣ ਤੁਸੀਂ ਜਾਓ ਮੇਰੇ ਰੂਮ 'ਚ। ਠੀਕ ਹੈ।
खान पीन का पूरा ध्यान रखा कर हाँ है? अनार स्यो वगैरह खाया कर संतरे मुंडे वाली चीजा खाया कर तू भी पहचान के फोन करता तू मैनू पहला दस दे भी मैं तुरन लगती हाँ हले उसी आपकी माड़ा अभी तैयारी तुरी कर लेंगे अं जान के फोन करके मैं बस अड्डे खड़ी हाँ भी आ जाए फिर हूँ खड़े पैर फिर की हो गया होना तो की हों ते नाले मैनू आए दस पुत देख मसा आया ये दिन अपने ये काम नु औखी हुंदी हो जां तां मैं रहूं जां फिर काम वाली रख ना बेबे काम वाली रख रखी है सी तू तू कानू औखी ना तू पिंड देख पशु पिसे रा ओ उधर नहीं देखना तू ओ ता देखना है ते फिर बस ठीक है तू अजी ता बेबे मोहल्ले दी कर लेनी है काम वाली रखी हुई है की नाले ओ बेचारे आ जांदी है सवेरे ते शाम नु अपना काम कुम ने वेल के फेर जा चल मैं चाह बना के लेकर फिर तुसी मारो गल झाड़ू बछक ला ली भार नी चकना मेरी ती हाँ, रब ने मसा सुनी है और ते ओहो, अंदर कौन कुड़ी जी फिर दी है? नहीं बेबे संगत ने चाह बना देने ना संगत नहीं है बेबे आज चाह पी लो हाँ ले बेबे चाह पी ला दबा दबा गर्म गर्म चाह की तो मैं तुम्हें छड़ देंगा फिर हाँ ये की मैं चार दिन लाऊंगा आई है थे मैं नूं कोली बेबे लाजिन चार दिन है ते नूं किसी ने रोकया का हजे लोड़ ही नहीं हैगी हले चंगी भली हैगी वो चंगी भली तो चाहिदी है आपां नूं मेरा जी करदा होर की देख मेरी गल सुन अपने घरे काम करने कुड़ी भी रखी हुई है ना मैं हैगा गा ध्यान रखने जो लोड़ हुई तेन बुला लांगे डंगर पशु उत्थे भी सामना गा वो भुखे मरते हो गए ऐ ना तू जवाखा मूंग जिद कर चल चंगा जे मैं तेरा चित्रा जी है जे मैं तुसी राज हो ठीक है मैं ठीक हां बे आ कुड़ी ए कौन है बेबे साढ़े दफ्तर ना मुंडा सी ते उदी वाइफ हैगी वो इनू छड़ के भग गया आ हालत च महा हुण उत्थे की है ना बेचारी रहूगी कल्ली रहिंदी हैगी उत्थे क्वार्टर दे विच अच्छा ते मैं लिया फिर इनू महा चल नाले इना साथ हो जूगा ना ते जिहड़ी मेड हैगी उह दोनां नूं सांभ लैंदी हुण अच्छा नाले मैं केयर करी ना इहदी तां करके नहीं तेनू कहने भी इतने रह तू ताइयों कहने भी तू भी ना रही फिर तेन पता लग गई मां तू की पता की सोचे की ना चल ठीक है पुत जो थोनू ठीक लगता उ रखना है कुड़ी
ਤਾਂ ਠੀਕ ਹੈ ਫਿਰ। ਚਲੋ ਬੀਬੀ ਕੋਈ ਨਾ, ਵਧੀਆ ਚੱਲ ਮੇਰੇ ਨਾਲ ਰਹਿ ਲੈਂਦੀ ਆ। ਹਾਂ ਇਹ ਤਾਂ ਤੁਹਾਡੀ ਉਹ ਹੈਗੀ। ਚੱਲ ਠੀਕ ਹੈ ਬੀਬੀ, ਮੈਂ ਤੁਹਾਨੂੰ ਛੱਡ ਆਉਣਾ। ਹਾਂ ਚੱਲ ਛੱਡ। हाँ चल कर लेने, तू भी इतने रह, ठीक है? तेरे मम्मी भी इतने रहा, आप सारे रल मिल के रहेंगे। ना एडी कोठी है सुना घर, तू सड़ना रहता बस, ठीक है? ठीक है ना बोलो जी, तेरे पास तो हमारी फर्क रख देगी। हाँ ठीक है ना। सत्या जी दोस्तों, अपनी नवी वीडियो आ गई है, नीचे कमेंट करके दसो किमें लगी। साढ़े चैनल सबसक्राइब कर लो, नाल दी बैल दी नोटिफिकेशन ऑन कर लो। दो मावां दा प्यार है जी, तो जरूर शेयर करो, तो इस बाद लगातार वीडियो आउंदियां रहनगियां जी दोस्तों। धन्यवाद।